ਸਭ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਚੈਨਲ ਪਾਈਟਿਕ ਲਾਈਵ ਤੇ। ਮੈਂ ਸਾਹਿਬ ਸਿੰਘ ਵਿਰਕ ਹਾਜ਼ਰ ਹਾਂ ਜੀ ਪ੍ਰੋਗਰਾਮ ਅੱਜ ਦੀ ਗੱਲ ਲੈ ਕੇ। ਅੱਜ ਦੀ ਗੱਲ ਪ੍ਰੋਗਰਾਮ ਦੇ ਵਿੱਚ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪੰਜਾਬੀ ਦੇ ਮਸ਼ਹੂਰ ਗਾਇਕ ਕਨਵਰ ਗਰੇਵਾਲ ਤੇ ਹਰਫ ਚੀਮਾ ਹੁਣਾਂ ਨੇ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਕੁਝ ਅਪੀਲ ਕੀਤੀ ਹੈ। ਉੱਥੇ ਕੀ ਕੀ ਸਮਾਨ ਚਾਹੀਦਾ, ਧਰਨੇ ਜਿੱਥੇ ਚੱਲ ਰਹੇ ਨੇ, ਤੇ ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਜਿਹੜੇ ਕਿ ਜੀਓ ਦੇ ਮਾਲਕ ਨੇ ਤੇ ਫੇਸਬੁੱਕ ਵਿਚਾਲੇ ਨਵੇਂ ਸਮਝੌਤੇ ਹੋਣ ਜਾ ਰਹੇ ਨੇ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਹਰਿਆਣਾ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਨੇ ਜਿਹੜੇ ਆਪਣੇ ਜੀਓ ਦੇ ਨੰਬਰਾਂ ਨੂੰ ਪੋਰਟ ਕਰਵਾ ਕੇ ਹੋਰ ਕੰਪਨੀਆਂ ਦੇ ਕਨੈਕਸ਼ਨ ਲੈ ਰਹੇ ਨੇ। ਜਿਵੇਂ ਕਿ ਜੇ ਆਪਾਂ ਪਹਿਲਾਂ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਉੱਪਰ ਅੱਜ ਫਿਊਲ ਫਾਰ ਇੰਡੀਆ 2020 ਇਵੈਂਟ ਜਿਹੜਾ ਕੀਤਾ ਜਾ ਰਿਹਾ, ਉਸ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ, ਜਿਹਦੇ 'ਚ ਫੇਸਬੁੱਕ ਦੇ ਚੀਫ ਮਾਰਕ ਜੂਕਰਬਰਗ ਅਤੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਭਾਰਤ 'ਚ ਮੌਕਿਆਂ ਬਾਰੇ ਚਰਚਾ ਕਰਨਗੇ। 18 ਦਸੰਬਰ ਨੂੰ ਕਨਵਰ ਗਰੇਵਾਲ ਅਤੇ ਹਰਫ ਚੀਮਾ ਆਪਣਾ ਨਵਾਂ ਗੀਤ ਇੱਕ ਵਾਰੀ ਫਿਰ ਲੈ ਕੇ ਆ ਰਹੇ ਨੇ। ਇਤਿਹਾਸ ਇਹਨਾਂ ਦੀ ਗੱਲ ਇਸ ਵਾਸਤੇ ਕਰਨੀ ਜ਼ਰੂਰੀ ਸਮਝੀ ਗਈ ਹੈ, ਜਿੱਥੇ ਪੰਜਾਬੀ ਹਰਿਆਣਾ ਅਤੇ ਦੇਸ਼ ਦੇ ਗਾਇਕ ਅਦਾਕਾਰਾਂ ਕਲਾਕਾਰਾਂ ਨੇ ਆਪਣੇ ਦੇਸ਼ ਦੇ ਕਿਸਾਨਾਂ ਦਾ ਮਾਣ ਵਧਾਇਆ, ਉੱਥੇ ਕਨਵਰ ਗਰੇਵਾਲ ਅਤੇ ਹਰਫ ਚੀਮਾ ਲਗਾਤਾਰ ਬਹੁਤ ਦਿਨਾਂ ਤੋਂ ਕਿਸਾਨਾਂ ਦੇ ਨਾਲ ਚੱਲ ਰਹੇ ਨੇ, ਆਪਣਾ ਬਹੁਤ ਜ਼ਿਆਦਾ ਸਮਾਂ ਇਸ ਅੰਦੋਲਨ ਨੂੰ ਦੇ ਰਹੇ ਨੇ। ਸੋ ਇਹਨਾਂ ਦਾ 18 ਦਸੰਬਰ ਨੂੰ ਨਵਾਂ ਗੀਤ ਇਤਿਹਾਸ ਆ ਰਿਹਾ, ਜਿਸ ਦੇ ਵਿੱਚ ਇੱਕ ਵਾਰੀ ਫਿਰ ਇਹ ਇਤਿਹਾਸ ਰਚਾਉਣਗੇ ਆਪਣੇ ਕਿਸਾਨਾਂ ਨਾਲ, ਜਿਹੜਾ ਉਹਨਾਂ ਦੀ ਆਵਾਜ਼ ਉਹਨੂੰ ਦੁਨੀਆ ਤੱਕ ਪਹੁੰਚਾਉਣਗੇ। ਅਤੇ ਅੱਗੇ ਆਪਾਂ ਗੱਲ ਕਰੀਏ, ਜਿਸ ਤਰ੍ਹਾਂ ਕਿ ਜੀਓ ਦੇ ਨੰਬਰ ਨੇ ਉਹਨਾਂ ਦੇ ਮਾਮਲੇ ਦੇ ਵਿੱਚ, ਜਿਵੇਂ ਤੁਸੀਂ ਤਾਜ਼ਾ ਤਸਵੀਰਾਂ ਵੇਖ ਰਹੇ ਹੋ, ਇਹ ਜਲਾਲਾਬਾਦ ਦੀਆਂ ਨੇ, ਜਿੱਥੇ ਕਿਸਾਨਾਂ ਅਤੇ ਦੇਸ਼ ਦੇ ਲੋਕਾਂ ਦੁਆਰਾ ਜਾ ਕੇ ਜੀਓ ਦੇ ਜਿੰਨੇ ਵੀ ਉੱਥੇ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ ਉਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਜਿੰਨਾ ਚਿਰ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ ਇਹਨਾਂ ਦੁਕਾਨਾਂ ਨੂੰ ਬੰਦ ਰੱਖਿਆ ਜਾਵੇ। ਨਿਮਰਤਾ ਸਹਿਤ ਕਿਸਾਨ ਦੁਕਾਨਦਾਰਾਂ ਨੂੰ ਬੇਨਤੀ ਕਰ ਰਹੇ ਨੇ ਅਤੇ ਕਿਸਾਨ ਦੁਕਾਨਦਾਰ ਦੀ ਜਿਹੜੀ ਗੱਲਬਾਤ ਹੈ ਉਸ ਦੇ ਵਿੱਚ ਵੀ ਬਹੁਤ ਇੱਕ ਚੰਗੀ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਦੁਕਾਨਦਾਰ ਪੂਰਾ ਸਹਿਯੋਗ ਦੇ ਰਹੇ ਨੇ ਆਪਣੇ ਕਿਸਾਨ ਭਰਾਵਾਂ ਦਾ, ਆਪਣੇ ਦੇਸ਼ ਦੇ ਲੋਕਾਂ ਦਾ। ਅਤੇ ਆਪਾਂ ਗੱਲ ਕਰਦੇ ਹਾਂ ਹੁਣ ਇੱਕ ਹੋਰ ਜਿਹੜੀ ਕਿ ਜੀਓ ਕੰਪਨੀ ਵੱਲੋਂ ਜਿਹੜੇ ਨੰਬਰ ਪੋਰਟ ਲੋਕਾਂ ਦੁਆਰਾ ਧੜਾਧੜ ਕਰਵਾਏ ਜਾ ਰਹੇ ਨੇ, ਉਸ ਮਾਮਲੇ ਦੇ ਵਿੱਚ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੂੰ ਕਾਫੀ ਸੇਕ ਲੱਗਿਆ। ਅਤੇ ਇਸ ਦੇ ਚੱਲਦਿਆਂ ਰਿਲਾਇੰਸ ਜੀਓ ਨੇ ਟੈਲੀਕੋਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੂੰ ਚਿੱਠੀ ਲਿਖ ਕੇ ਭਾਰਤੀ ਏਅਰਟੈੱਲ, ਆਈਡੀਆ, ਵੋਡਾਫੋਨ ਇਹਨਾਂ ਦੇ ਬਾਰੇ 'ਚ ਇੱਕ ਖਿਲਾਫ ਅਨੈਤਿਕਤਾ ਅਤੇ ਬੇਈਮਾਨੀ ਕਰਨ ਲਈ ਸਖ਼ਤ ਐਕਸ਼ਨ ਲੈਣ ਵਾਸਤੇ ਇਹਨਾਂ ਨੂੰ ਉਹਨਾਂ ਨੇ ਕਿਹਾ। ਜੀਓ ਨੇ ਦੇਸ਼ ਦੇ ਉੱਤਰੀ ਹਿੱਸਿਆਂ 'ਚ ਕਿਸਾਨ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਵੋਡਾਫੋਨ, ਆਈਡੀਆ ਅਤੇ ਭਾਰਤੀ ਏਅਰਟੈੱਲ ਵੱਲੋਂ ਮੋਬਾਈਲ ਨੰਬਰ ਪੋਰਟੇਬਿਲਿਟੀ ਜਿਹੜੇ ਨੰਬਰ ਲੋਕ ਬਦਲਾ ਰਹੇ ਨੇ, ਕਿਉਂਕਿ ਕਿਸਾਨ ਸੰਘਰਸ਼ ਜਿਹੜਾ ਉਹ ਪੰਜਾਬ ਤੋਂ ਚੱਲਿਆ ਸੀ ਅਤੇ ਹਰਿਆਣਾ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਹੈ ਆਪਣੇ ਦੇਸ਼ ਦੇ ਲੋਕਾਂ ਦਾ। ਅਤੇ ਹੁਣ ਇੰਨੀ ਤੇਜ਼ੀ ਨਾਲ ਨੰਬਰ ਜਿਹੜੇ ਨੇ ਜੀਓ ਦੇ ਪੋਰਟ ਕਰਵਾ ਕੇ ਲੋਕ ਹੋਰ ਕੰਪਨੀਆਂ ਦੇ ਨੰਬਰ ਲੈ ਰਹੇ ਨੇ, ਜਿਸ ਦਾ ਹੁਣ ਸੇਕ ਮੁਕੇਸ਼ ਅੰਬਾਨੀ ਦੇ ਘਰ ਤੱਕ ਪਹੁੰਚਣਾ ਸ਼ੁਰੂ ਹੋ ਗਿਆ, ਜਿਸ ਦੇ ਚੱਲਦੇ ਹੀ ਉਹਨਾਂ ਨੇ ਹੁਣ ਇਹ ਸ਼ਿਕਾਇਤ ਦਰਜ ਕਰਵਾਈ ਹੈ। ਅਤੇ ਇਸ ਦੇ ਨਾਲ ਹੀ ਹੁਣ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣੀ ਚਾਹਾਂਗੇ ਜਿਹੜੀ ਬੜੀ ਮਾਣ ਵਾਲੀ ਗੱਲ ਹੈ। ਦੇਸ਼ ਦੇ ਜਿਹੜੇ ਬਹਾਦਰੀ ਦੇ ਮੈਡਲ ਆਪਣੀਆਂ ਛਾਤੀਆਂ 'ਤੇ ਸਜਾ ਕੇ ਸਰਹੱਦਾਂ ਦੀ ਰੱਖ ਕਰਨ ਵਾਲੇ ਸਾਡੇ ਫੌਜੀ ਜਵਾਨ ਜਿਹੜੇ ਨੇ, ਉਹ ਵੀ ਹੁਣ ਆਪਣੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣ ਲੱਗੇ ਨੇ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਜਾਣਗੇ। ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ, ਇਸ ਅੰਦੋਲਨ 'ਚ ਹਰ ਕੋਈ ਸ਼ਾਮਲ ਹੋ ਰਿਹਾ। ਇਸ ਦੇ ਨਾਲ ਹੀ ਹੁਣ ਦੇਸ਼ ਦੇ ਫੌਜੀ ਜਵਾਨ ਜਿਹੜੇ ਨੇ ਉਹ ਵੀ ਕਿਸਾਨਾਂ ਦੇ ਨਾਲ ਆ ਖੜ੍ਹੇ ਹੋਏ ਨੇ, ਆਪਣੀਆਂ ਛਾਤੀਆਂ 'ਤੇ ਮੈਡਲ ਸਜਾਏ ਹੋਏ ਨੇ ਅਤੇ ਸਲੂਟ ਹੈ ਇਹੋ ਜਿਹੇ ਮਾਣਮੱਤੀਆਂ ਸ਼ਖਸੀਅਤਾਂ ਨੂੰ, ਸਾਡੇ ਦੇਸ਼ ਦੇ ਜਵਾਨਾਂ ਨੂੰ, ਜਿਹੜਾ ਕਦੇ ਬਹੁਤ ਸਾਲ ਪਹਿਲਾਂ ਨਾਰਾ ਲੱਗਿਆ ਸੀ ਜੈ ਜਵਾਨ ਜੈ ਕਿਸਾਨ, ਉਸ ਦਾ ਅੱਜ ਇੱਕ ਸਬੂਤ ਮਿਲ ਰਿਹਾ ਕਿਵੇਂ ਜਵਾਨ ਅਤੇ ਕਿਸਾਨ ਇਕੱਠੇ ਹੋ ਕੇ ਕੀ ਕੁਛ ਕਰ ਸਕਦੇ ਨੇ। ਅਤੇ ਹੁਣ ਤੁਹਾਨੂੰ ਉਹ ਅਪੀਲ ਸੁਣਾਉਣੀ ਚਾਹਾਂਗੇ ਜਿਹੜੀ ਕਨਵਰ ਗਰੇਵਾਲ, ਹਰਫ ਚੀਮਾ ਉਹਨਾਂ ਨੇ ਅਤੇ ਅਮੈਰੀਕਾ ਤੋਂ ਖਾਸ ਤੌਰ 'ਤੇ ਸੇਵਾ ਲਈ ਪਹੁੰਚੇ ਜਿਹੜੇ ਇੱਕ ਡਾਕਟਰ ਸਾਹਿਬਾਨ ਨੇ, ਉਹਨਾਂ ਨੇ ਅਪੀਲ ਕੀਤੀ ਹੈ। ਜਿਵੇਂ ਤੁਸੀਂ ਤਸਵੀਰਾਂ 'ਚ ਹੁਣ ਵੇਖ ਰਹੇ ਹੋ, ਦਿੱਲੀ ਦੀ ਕੇਜਰੀਵਾਲ ਸਰਕਾਰ ਦੁਆਰਾ ਬੇਸ਼ੱਕ ਬਹੁਤ ਸ਼ਾਨਦਾਰ ਪ੍ਰਬੰਧ ਕੀਤੇ ਗਏ ਨੇ ਆਪਣੇ ਦੇਸ਼ ਦੇ ਲੋਕਾਂ ਵਾਸਤੇ, ਜਿਹੜੇ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨੇ, ਉਹਨਾਂ ਦੀ ਪਾਣੀ ਪੀਣ ਦਾ, ਸਾਫ਼ ਸਫਾਈ ਦਾ, ਲੈਟਰੀਨਾਂ ਦਾ, ਬਾਥਰੂਮਾਂ ਵਗੈਰਾ ਦਾ ਧਿਆਨ ਰੱਖਿਆ ਜਾ ਰਿਹਾ, ਪਰ ਇਹ ਪ੍ਰਬੰਧ ਬਹੁਤ ਥੋੜ੍ਹੇ ਨੇ।
बहुत ही ज्यादा थावां दे उपर जिहड़े धरने लगे हुए ने। सो जिहड़ी दुनिया के लोग ने उन्होंने इन्हां गायकों ने की अपील की, डॉक्टर साहब ने की अपील, ये सुनो। टिकरी बॉर्डर के उत्ते लगिया हुई ने जिदे विचों पांच स्टेजा का उगराह लिया ने, सिद्धूपुर की सांझी स्टेज आ, ते उस तों बाद जिहड़ियां अपना कुंडली बॉर्डर से स्टेजा लगिया हुई ने, उस तों बाद गाजियाबाद आ पलवल पलवल एक स्टेज है ना, ये सारे कितने जिते भी तुम पहुँचा सकते हो इन्होंने चीज़ों के लोड़ीदा चीज़ा ना। मैं दस दिना कुछ चीज़ा जिद स्टेज के उपर विशन वाले हरे मैट ने, उदू बाद साउंड सिस्टम आ जिद स्पीकर आ जाता, माइक आ जाता, एम्पलीफायर आ जाता, बजुर्गों लिए गर्म जराबा बूट शॉल वो तुम ट्रालिया के आके दे सकते हो, जो डायरैक्ट किसी जथेबंदी आके दे दो बंट देंगे। गद्दे दे रजाइया हो गई, उदू बाद सुकिया लकड़ा हो गई बालन वास्ते क्योंकि ठंड बहुत आ इन्हों दिन, सुा राशन हो गया, दाल चीनी तो चाह जो भी होर सुखा राशन होंगे, छोले हो गए, डीजल के पेट्रोल, सो ट्रैक्टर वास्ते गड्डिया वास्ते क्योंकि वापस जा रहे हैं जो ट्रैक्टर राशन लैन ले जा उधरों आ रहे हैं उन्होंने वास्ते डीजल के पेट्रोल, सो ये मुख्य लोड़ा ने जी। तो ये कोई भी चीज़ तुम भेज सकते हो तो जरूर भेजो, बाकी साढ़े डॉक्टर साहब USA तो आए ने स्वयं मान भाई, सो इन्हों का धन्यवाद करते हैं। कल परसों बई हुई उतरे ने कि इतने इन्होंने कैंप लाया अपना दवाइया का, दवाइया दे रहे हैं। तुम भाई जी कुछ कहना चाहते हो? हाँ जी वीर जी, मैं हूँ 20 दिन हो गए इतने आया ना, तो इंडिया चाहा जो फॉलो कर रहे हैं बहुत वधिया काम कर रहे हैं। मैनू भी NRI भी बहुत पूछते हैं कि असं दे सकते हैं, सो मैं सवेरे भी वो बेनती अपने ग्रुपा च पाई थी NRI दे कि तुम इदा सोचो कि तुहाडी माँ इतने आई है, तुहाडा प्यो इतने आया, तुहाडा भरा तुहाडी भैन इतने आई है, तो उन्होंने की लोड़ा हो सके। क्योंकि मैं 8 ट्रालियां गया सवेरे, मैं सारे ने पूछा भी तुम की चाहिए, आते चढ़ती कला, क्योंकि पंजाबी है मंगते नहीं राजे आना मंगना नहीं। सो आप साड़ी माँ भैन इतने आई होा आया होा प्यो इतने आया हो, उन्होंने की मंगा हो सकियाँ? देखो लैट इन्हों की बहुत घट है, कोई वीड्डी NGO अमेरिका तो कनेडा तो साढ़े गुरद्वारा साहब न्यूयॉर्क के, आप यही सोचिए कैलीफोर्निया तो न्यू असं रह रहे हैं, सूँ की घट पैसे जी 6 महीने नहीं कितने चाहते हैं। सो वो आज जी लैटरीन की प्रॉब्लम बहुत वीड्डी आ, किसी सफाई करने वाले इतने भेजो कि इतने सफाई कर सकन वे, कोई 10-20-30-40 लोग आन इतने सफाइया करनी शुरू कर दें। सो यो जी गल् बाकी गद्दे हूँ देखो 2 दिन पहले इतने मीह बहुत पिया, कि नुकसान होया ट्रालिया का, पर भीर ने कोई मंग नहीं रखी, पर जे तरपालों का काम हो जाए, रजाइया का काम हो जाए, कंबलों का काम हो जाए, यह जो चीज़ा जो आप भेज सकते हैं तो बहुत ज्यादा मेहरबानी है। बस आही गल्स तेरू जरूर बचारियो, बाकी रसोई वाला जिन्ना हरफ ने बोलिया घर साड़ियाँ भैनों मावानों जरूर तुम अपना थोड़ी छोटी जी डिस्कशन कर लो, एक कि चीज़ा होंगे जो रसोई सब चाहिए, क्योंकि रोज़ दाल सब्जियां बनदियाँ, प्रशादे लेंदे, होर भी बहुत सारी चाह बन दी हैं, सो रसोई जो जो भी जड़िया मेजर चीज़ा ने वो सारिया पर गौर कर लियो। तो बस ये है कि सोचने का टाइम थोड़ा लियो, अज तो ही शुरू कर लियो, जितों जितों भी जो आना आप, मैं कहना कुछ नंबर भी मेन मेन चीज़ एक है भी एक जड़ियाँ अफवाह है ना उन्हों तो बचो कि इतने कोई धर्म च पाड़ पाँगा ज कोई स्टेजा दरवाल है, इतने सारे एक ने ग्राउंड से बहुत पीसफुल है, किसी तरह का भी कोई भी ना किसी जथेबंदी का ना लोगों का ना स्टेजा का कितने भी तकरार नहीं है। एक साढ़े लोग जो बहादुरगढ़ तो पंजाब नू ट्रेन जाती है बठिंडे वाल नू जां जिन्हें भी पंजाब दूर आ, कुछ लोग उत्थे कहिंदे वी असीं जथेबंदियां दे जां किसान असीं टिकट नहीं देनी, 100 रुपए की टिकट की गल है, जे आपां टिकट नहीं लवांगे तो सेंटर सरकार कहिंदी असीं रेल बंद कर दांगे, तां जे रेल बंद होगी तो जिहड़े लोग अपने रोज ट्रेनां नाल बड़े सौखे ढंग नाल आ रहे आ ते जा रहे आ, उह ट्रेन जे बंद होगी तो अपना आना जाना घट जूगा, 100 रुपए की कोई वड्डी चीज़ नहीं, आपां ट्रेन की टिकट लईए नहीं तां इन्हां नूं बहाना मिल जाणा ट्रेन बंद करन दा ते अपनी आवाजाई बंद हो जूगी, क्योंकि ट्रालियां ते कई कई दिन लग जांदे आ, ट्रेन च आपां सवेरे चढ़ के 2-4-5 घंटे च पहुंच जांदे आ, सो ट्रेन ना बंद होने दे पैसेंजर ते अफवाहों तो बचिए। बाकी रसोई वाली गल्लां ते डॉक्टर साहब ने गल्लां दसियां उहदे ते गौर अज ही हुण ही करो ते वध तों वध सपोर्ट करो, बाकी इत्थे शांति है, किसी अफवाह च ना पियो, बाहरले भरा भी खस जा।